ਅਨਕਲਪਾ ਜਰ ਨੇ ਮੇਕ نیچے ਸੁੱਟ ਦਿੱਤੀ ਹੈ ਜਾਂ ਗਵਾ ਲਈ ਹੈ ਐਂਡ ਵੀ ਊਡ ਆਲ ਹੈਵ ਟੂ ਗੋ ਡਾਊਨ ਔਨ ਆਰ ਨੀਜ਼ ਐਂਡ ਗਰਵਲ ਫਾਰ ਇਟ ਗਰਵਲ ਮਤਲਬ ਝੁਕਣਾ ਤੇ ਸਾਨੂੰ ਸਾਰਿਆਂ ਨੂੰ ਆਪਣੇ ਗੋਡਿਆਂ ਤੇ ਹੋਣਾ ਪੈਂਦਾ ਝੁਕਣਾ ਪਾਉਂਦਾ ਇਸ ਨੂੰ ਲੱਭਣ ਵਾਸਤੇ ਜਾਨੀ ਕਿ ਮੇਕ ਨੂੰ ਲੱਭਣ ਵਾਸਤੇ ਵਾਈਲ ਹੀ ਵੁੱਡ ਸਟੈਂਡ ਔਨ ਦ ਚੇਅਰ ਐਂਡ ਗਰੰਟ ਐਂਡ ਵਾਂਟ ਟੂ ਨੋ ਇਫ ਹੀ ਵਾਸ ਟੂ ਬੀ ਕੇਪਟ देयर ऑल द ਈਵਨਿੰਗ ਗਰੰਟ ਮਤਲਬ ਹੁੰਦਾ ਆਪਣੇ ਸੰਗ ਚੋਂ ਆਵਾਜ਼ ਕੱਢਣਾ ਗਲੇ ਚੋਂ ਆਵਾਜ਼ ਕੱਢਣਾ ਵੈਸੇ ਗਰੰਟ ਜਿਹੜੀ ਸੂਰ ਦੀ ਆਵਾਜ਼ ਹੁੰਦੀ ਹੈ ਇੱਕ ਅਜੀਬ ਜੀ ਉਹਨੂੰ ਗਰੰਟ ਕਿਹਾ ਜਾਂਦਾ ਹੈ ਤਾਂ ਉਹੋ ਜੀ ਆਵਾਜ਼ ਦੇ ਵਿੱਚ ਅੰਕਲ ਪੌਜ਼ਰ ਬੋਲਦਾ ਹੈ ਉਹ ਵਾਇਲ ਹੀ ਊਡ ਸਟੈਂਡ ਔਨ ਦ ਚੇਅਰ ਉਹ ਉਸ ਵਕਤ ਚੇਅਰ ਤੇ ਖੜਾ ਹੋਊਗਾ ਜਦੋਂ ਕਿ ਸਾਰੇ ਲੋਕ ਝੁੱਕ ਕੇ ਮੇਕ ਲੱਭ ਰਹੇ ਹੋਣਗੇ ਐਂਡ ਵਾਂਟ ਟੂ ਨੋ ਇਫ ਹੀ ਵਾਸ ਟੂ ਬੀ ਕੇਪਟ देयर ਕੇਪਟ ਮਤਲਬ ਰੱਖਣਾ देयर 올 ਦਾ ਇਵਨਿੰਗ ਤੇ ਇਹ ਪੁੱਛਦਾ ਹੋਊਗਾ ਕਿ ਕੀ ਉਹ ਸਾਰੀ ਸ਼ਾਮ ਉੱਥੇ ਹੀ ਖੜਾ ਰਹੂਗਾ ਕੀ ਉਹਨੂੰ ਸਾਰੀ ਸ਼ਾਮ ਇੱਥੇ ਹੀ ਖੜਾ ਰਹਿਣਾ ਪਊਗਾ ਦੇਖੋ ਇਹ ਦੇਖਣ ਵਾਲੀ ਗੱਲ ਹੈ ਕਿ ਗਲਤੀ ਅੰਕਲ ਪੌਜਰ ਦੀ ਹੈ ਤੇ ਉਹ ਗੁੱਸਾ ਬੱਚਿਆਂ ਤੇ ਕੱਢ ਰਿਹਾ ਹੈ। The nail would be found at last but by that time he would have lost the hammer. ਆਖਰਕਾਰ ਜਿਹੜੀ ਮੇਕ ਹੈ ਉਹ ਲੱਭ ਲਈ ਜਾਊਗੀ ਪਰ ਉਸ ਸਮੇਂ ਤੱਕ ਜਿਹੜਾ ਹਥੌੜਾ ਹੈ ਜਾਂ ਥੋੜੀ ਹੈ ਉਹ ਗਵਾਚ ਜਾਊਗੀ ਵੇਅਰ ਇਜ਼ ਦਾ ਹੈਮਰ ਹਥੌੜਾ ਕਿੱਥੇ ਹੈ ਵਾਟ ਡਿਡ ਆਈ ਡੂ ਵਿਦ ਦਾ ਹੈਮਰ ਮੈਂ ਹਥੌੜੇ ਨਾਲ ਕੀ ਕੀਤਾ ਹੈ ਗ੍ਰੇਟ ਹੈਵਨ ਹਾਏ ਰੱਬਾ ਸੈਵਨ ਆਫ ਯੂ ਤੁਸੀਂ ਸੱਤੇ ਗੇਪਿੰਗ ਰਾਊਂਡ देयर ਗੇਪਿੰਗ ਮਤਲਬ ਹੈਰਾਨੀ ਦੇ ਨਾਲ ਕਿਸੇ ਚੀਜ਼ ਵੱਲ ਵੇਖਣਾ ਜਿਵੇਂ ਮੂੰਹ ਟੱਡੇ ਹੋਏ ਨਾਲ ਕਿਸੇ ਚੀਜ਼ ਨੂੰ ਆਪ ਵੇਖਦੇ ਆਂ ਹੈਰਾਨ ਜੇ ਹੋ ਕੇ ਜਾਂ ਬੁੱਧੂ ਜੇ ਬਣ ਕੇ ਤੁਸੀਂ ਸੱਤੇ ਹੈਰਾਨੀ ਨਾਲ ਦੇਖ ਰਹੇ ਹੋ ਜਾਂ ਮੂੰਹ ਟੱਡ ਕੇ ਵੇਖ ਰਹੇ ਹੋ ਐਂਡ ਯੂ ਡੋਨਟ ਨੋ ਵਾਟ ਆਈ ਡਿਡ ਵਿਦ ਦ ਹੈਮਰ ਤੇ ਤੁਹਾਨੂੰ ਇਹ ਨਹੀਂ ਪਤਾ ਕਿ ਮੈਂ ਹਥੌੜੇ ਨਾਲ ਕੀ ਕੀਤਾ ਸੀ ਉਨੇ ਵੀ ਸੋਚਣਾ ਨਹੀਂ ਕਰ ਲੈ ਕਿ ਹਥੋੜੇ ਨਾਲ ਜੀ ਉਹਨੇ ਖੁਦ ਕੀਤਾ ਤਾਂ ਯਾਦ ਵੀ ਉਹਨੂੰ ਖੁਦ ਨੂੰ ਹੋਣਾ ਚਾਹੀਦਾ ਹੈ ਇੱਕ ਵਾਰੀ ਫੇਰ ਉਹ ਸਾਰਾ ਗੁੱਸਾ ਆਪਣੇ ਬੱਚਿਆਂ ਤੇ ਕੱਢ ਰਿਹਾ ਤੁਸੀਂ ਇਹ ਸਟੋਰੀ ਪੜਦੇ ਪੜਦੇ ਅੰਦਾਜ਼ਾ ਲਾ ਹੀ ਲਿਆ ਹੋਣਾ ਕਿ ਉਹ ਬਹੁਤ ਸਾਰੀਆਂ ਗਲਤੀਆਂ ਕਰਦਾ ਹੈ ਪਰ ਉਹ ਇੱਕ ਤਰ੍ਹਾਂ ਦੀ ਫੁਕਰਵਾਜੀ ਵੀ ਕਰਦਾ ਜਿਵੇਂ ਕਿ ਸਾਰਾ ਕੰਮ ਕਰਦਾ ਮੈਂ ਹੀ ਕਰਦਾ ਪਰ ਹਰ ਇੱਕ ਕੰਮ ਲਈ ਉਹ ਨੂੰ ਛੋਟੇ ਛੋਟੇ ਕੰਮਾਂ ਲਈ ਆਪਣੇ ਬੱਚਿਆਂ ਨੂੰ ਤੰਗ ਕਰਨਾ ਪੈਂਦਾ ਹੈ ਤੇ ਜੇ ਉਹ ਕੰਮ ਪੂਰਾ ਨਾ ਹੋਵੇ ਤਾਂ ਉਹਦਾ ਗੁੱਸਾ ਉਹ ਬੱਚਿਆਂ ਤੇ ਹੀ ਘਟ ਰਿਹਾ ਹੈ ਵੀ ਊਡ ਫਾਈਂਡ ਦਾ ਹੈਮਰ ਫਾਰ ਹਿਮ ਅਸੀਂ ਉਸ ਤੇ ਲਈ ਹਥੌੜਾ ਲੱਭ ਲਵਾਂਗੇ ਜਾਂ ਲੱਭ ਲਿਆ ਹੋਊਗਾ ਐਂਡ ਦੈਨ ਹੀ ਊਡ ਹੈਵ ਲੋਸ ਸਾਈਟ ਆਫ ਦਾ ਮਾਰਕ he had made on the wall side dikh jab pratibimb uh, mark matlab nishan asi ode layi hathoda lab leya huga par us odon tak hone jehda kand te nishan banaya hoya hai o gwa liya hona kand te nishan kis cheez layi banaya hona hai? jithe usne mekh gadni hai ਤਸਵੀਰ ਨੂੰ ਟੰਗਣ ਵਾਸਤੇ ਵੇਅਰ ਦਾ ਨੇਲ ਵਾਸ ਟੂ ਗੋ ਇਨ ਜਿੱਥੇ ਮੇਕ ਜਾਣੀ ਸੀ ਐਂਡ ਈਚ ਆਫ ਅਸ ਹੈ ਟੂ ਗੈਟ ਅਪ ਓਨ ਦਾ ਚੇਅਰ ਤੇ ਸਾਨੂੰ ਇਕੱਲੇ ਇਕੱਲੇ ਨੂੰ ਚੇਅਰ ਦੇ ਉੱਤੇ ਖੜਨਾ ਪੈਣਾ ਹੈ ਬਿਸਾਈਡ ਹਿਮ ਉਹਦੇ ਨਾਲ ਐਂਡ ਸੀ ਇਫ ਵੀ ਕੁਡ ਫਾਈਂਡ ਇਟ ਤੇ ਦੇਖਣਾ ਪੈਣਾ ਕਿ ਕੀ ਅਸੀਂ ਇਸ ਨੂੰ ਲੱਭ ਸਕਦੇ ਹਾਂ ਜਾਨਕਿ ਕੀ ਅਸੀਂ ਉਸ ਨਿਸ਼ਾਨ ਨੂੰ ਦੇਖ ਸਕਦੇ ਹਾਂ ਜਾਨਕਿ ਕੱਲਾ ਕੱਲਾ ਜਾਣਾ ਉਹਦੀ ਚੇਅਰ ਦੇ ਉੱਤੇ ਚੜ ਕੇ ਵੇਖਦਾ ਕਿੱਥੇ ਜੇ ਨਿਸ਼ਾਨ ਕਿੱਥੇ ਜੇ ਨਿਸ਼ਾਨ ਐਂਡ ਵੀ ਵੁੱਡ ਈਚ ਡਿਸਕਵਰ ਇਟ ਇਨ ਅ ਡਿਫਰੈਂਟ ਪਲੇਸ ਡਿਸਕਵਰ ਮਤਲਬ ਲੱਭਣਾ ਅਸੀਂ ਸਾਰੇ ਇਸ ਨੂੰ ਅਲੱਗ-ਅਲੱਗ ਜਗ੍ਹਾ ਤੇ ਲੱਭਾਂਗੇ ਜਿਵੇਂ ਟਿੰਮ ਨੂੰ ਕਿਤੇ ਹੋਰ ਨਿਸ਼ਾਨ ਮਿਲ ਜਾਣਾ ਜਿਮ ਨੂੰ ਕਿਤੇ ਹੋਰ ਨਿਸ਼ਾਨ ਮਿਲ ਜਾਣਾ ਅ ਕੁੜੀ ਨੂੰ ਕਿਤੇ ਹੋਰ ਨਿਸ਼ਾਨ ਮਿਲ ਜਾਣਾ ਕਿਸੇ ਨੂੰ ਕਿਤੇ ਹੋਰ ਅ ਇਹ ਨਹੀਂ ਹੈ ਕਿ ਸੋਚਣ ਵਾਲੀ ਗੱਲ ਇਹ ਨਹੀਂ ਹੈ ਕਿ ਬੱਚਿਆਂ ਦੀ ਨਿਗਾਹ ਜਿਹੜੀ ਉਹ ਘਟ ਹੈ ਉਹ ਸਿਰਫ ਆਪਣੇ ਜਿਹੜਾ ਪਿਓ ਵਾ ਉਸ ਤੋਂ ਡਰਦੇ ਨੇ ਅੰਕਲ ਪੌਜਰ ਤੋਂ ਦਰਦੇ ਨੇ ਇਸ ਕਰਕੇ ਉਹ ਗਾਲਾਂ ਖਾਣ ਤੋਂ ਬਚਨ ਦੇ ਮਾਰੇ ਜਲਦੀ ਜਲਦੀ ਨਿਸ਼ਾਨ ਲੱਭ ਰਹੇ ਨੇ ਕੰਧ ਤੇ ਤਾਂ ਉਹ ਇੱਕ ਤਰੀਕੇ ਦੇ ਨਾਲ ਨਕਲੀ ਨਿਸ਼ਾਨ ਲੱਭ ਰਹੇ ਨੇ ਵਸੇ ਹੁੰਦਾ ਇਹ ਵੀ ਸਕਦਾ ਹੈ ਕਿ ਅੰਕਲ ਬੌਜਰ ਨੇ ਨਿਸ਼ਾਨ ਹੀ ਇੰਨੀ ਜਗ੍ਹਾ ਤੇ ਲਾ ਦਿੱਤੇ ਹੋਣ ਕਿਉਂਕਿ ਉਹ ਬੜਾ ਹੀ ਉਹ ਨੌਸਿਕੀਆ ਲੱਗ ਰਿਹਾ ਹੈ ਹੈਨਾ ਵੀ ਹਰ ਇੱਕ ਨੂੰ ਨਿਸ਼ਾਨ ਸਹੀ ਹੀ ਲੱਭਿਆ ਹੋਵੇ ਪਰ ਫਿਰ ਵੀ ਇਹਨਾਂ ਦੋਨਾਂ ਗੱਲਾਂ ਦੇ ਵਿੱਚ ਅੰਕਲ ਪੌਜਰ ਦੀ ਜਿਹੜੀ ਨੌਸੁਖੀਆਪੋਣਾ ਜਿਹੜਾ ਫੁਕਰਵਾਜੀ ਹੈ ਉਹ ਦਿਖਦੀ ਹੈ ਐਂਡ ਹੀ ਊਡ ਕਾਲ ਅਸ ਆਲ ਫੂਲਸ ਉਹ ਸਾਨੂੰ ਸਾਰਿਆਂ ਨੂੰ ਪਾਗਲ ਕਹੂਗਾ ਮੂਰਖ ਕਹੂਗਾ ਹੁਣ ਦੇਖੋ ਉਹਨਾਂ ਬੱਚਿਆਂ ਨੂੰ ਨਿਸ਼ਾਨ ਨਹੀਂ ਮਿਲੇ ਜਾਂ ਗਲਤ ਮਿਲੇ ਇਸ ਕਰਕੇ ਉਹ ਬੱਚਿਆਂ ਨੂੰ ਤਾਂ ਫੁੱਲ ਕਹਿ ਰਿਹਾ ਪਰ ਉਹਨੂੰ ਖੁਦ ਦਾ ਲਗਾਇਆ ਨਿਸ਼ਾਨ ਨਹੀਂ ਮਿਲਿਆ ਤਾਂ ਉਹ ਕਿੰਨਾ ਵੱਡਾ ਫੁੱਲ ਹੋਇਆ ਇਹ ਵੀ ਸੋਚਣ ਵਾਲੀ ਗੱਲ ਹੈ ਵਨ ਆਫਟਰ ਅਨਦਰ ਐਂਡ ਟੈਲ ਅਸ ਟੂ ਗੈਟ ਡਾਊਨ ਟਿੱਕ ਲਗ ਲਗ ਕਰਕੇ ਸਾਨੂੰ ਉਤਰਨ ਨੂੰ ਕਹੇਗਾ ਐਂਡ ਹੀ ਊਡ ਟੇਕ ਦਾ ਰੂਲ ਐਂਡ ਰੀਮਾਇਰ ਉਹ ਫਟ ਲਵੇਗਾ ਤੇ ਦੁਬਾਰਾ ਮਾਪੇਗਾ ਐਂਡ ਫਾਈਂਡ ਦੈਟ ਦ ਵਾਂਟਡ ਹਾਫ 31 ਐਂਡ 3/8 ਇੰਚਸ ਫਰੋਮ ਦ ਕਾਰਨਰ ਇਹ ਹਾਫ 31 ਤੇ 3/8 ਇਹ ਉਸਦੀ ਮਿੰਤੀ ਹੈਗੀ ਆ ਫੁੱਟੇ ਤੇ ਰੂਲ ਤੇ corner matlab kinara and would try to do it in his head te is di calculation oh apne sir de vich yani ki apne dimag de vich karan di koshish karega and go mad te pagal ho jayega yani ki oh da dimag shoot sahi calculation nahi kar sakda and we would all try to do it in our heads and all arrive at different results arrive at matlab pahunchna assi sare bhi apne dimag de vich ek calculation karan di koshish karange te har ek ਜਾਣਾ ਸਾਡੇ ਵਿੱਚੋਂ ਅਲੱਗ ਅਲੱਗ ਰਿਜ਼ਲਟ ਤੇ ਆਇਆ ਹੋਗਾ ਅਲੱਗ ਅਲੱਗ ਨਤੀਜੇ ਤੇ ਆਇਆ ਹੋਗਾ ਐਂਡ ਸਨੀਰ ਐਟ ਈਚ ਅਦਰ ਸਨੀਰ ਮਤਲਬ ਇੱਕ ਦੂਜੇ ਦਾ ਮਜ਼ਾਕ ਉਡਾਉਣਾ ਤੇ ਇੱਕ ਦੂਜੇ ਦਾ ਸੀ ਮਜ਼ਾਕ ਉਡਾਵਾਂਗੇ ਐਂਡ ਇਨ ਦਾ ਜਨਰਲ ਰੋ ਦਾ origignal ਨੰਬਰ ਵੁੱਡ ਬੀ ਫਰਗਾਟਨ ਜਨਰਲ ਮਤਲਬ ਆਮ ਰੋ ਮਤਲਬ ਲੜੀ ਜਾਂ ਕਤਾਰ origignal ਮਤਲਬ ਸ਼ੁਰੂਆਤੀ ਜਿਹੜਾ ਸਭ ਤੋਂ ਪਹਿਲਾ ਹੁੰਦਾ ਉਸ ਨੂੰ origignal ਕਹਿੰਦੇ ਆ ਅ ओरिजिनल ਦਾ ਮਤਲਬ ਆਪਾਂ ਨੂੰ ਗਲਤ ਸਿਖਾਇਆ ਜਾਂਦਾ ਹੈ ਕਿ ਅਸਲੀ ਹੁੰਦਾ ਹੈ ओरिजिनल ਦਾ ਮਤਲਬ ਅਸਲੀ ਨਹੀਂ ਹੁੰਦਾ ओरिजिनल ਦਾ ਮਤਲਬ ਹੁੰਦਾ ਹੈ ਸ਼ੁਰੂਆਤੀ ਅ ਫਰਗੋਟਨ ਫੋਰਗੇਟ ਦੀ 3rd ਫਾਰਮ ਹੈ ਇਹ ਭੁੱਲਣਾ ਤੇ ਇਸ ਆਮ ਲੜੀ ਦੇ ਵਿੱਚ ਜਾਨਕਿ ਆਮ ਜੋ ਵੀ ਉਹਨਾਂ ਦੇ ਵਿੱਚ ਦਿਮਾਗਾਂ ਦੇ ਵਿੱਚ ਕੈਲਕੂਲੇਸ਼ਨਾਂ ਚੱਲ ਰਹੀਆਂ ਜਾਂ ਉਹਨਾਂ ਦੀ ਆਪਸ ਵਿੱਚ ਮਜ਼ਾਕ ਉਡਾ ਰਹੇ ਆ ਤਾਂ ਇਸ ਲੜੀ ਦੇ ਵਿੱਚ ਜਿਹੜਾ ਸ਼ੁਰੂਆਤੀ ਨੰਬਰ ਹੈ ਉਹ ਫੁੱਲ ਲਿਆ ਜਾਊਗਾ ਐਂਡ ਅੰਕਲ ਪੌਜ਼ਰ ਊਡ ਹੈਵ ਟੂ ਮਾਇਰ ਇਟ ਅਗੇਨ ਤੇ ਅੰਕਲ ਪੌਜ਼ਰ ਨੂੰ ਇਹ ਫੇਰ ਦੁਬਾਰਾ ਮੈਨਣਾ ਪਾਊਗਾ ਹੁਣ ਤੁਸੀਂ ਇਹ ਹਜੇ ਤੱਕ ਇਹ ਸਾਂ ਅੰਦਾਜ਼ਾ ਲਾਈ ਲਿਆ ਹੋਣਾ ਕਿ ਜੇ ਉਹ ਅੰਕਲ ਪੌਜ਼ਰ ਸਾਰਾ ਕੁਝ ਛੋਟੀ ਜੀ ਸਲਿੱਪ ਤੇ ਕਰ ਲੈਂਦਾ ਪਹਿਲਾਂ ਉਹ ਇਸ ਛੋਟੀ ਸਲਿੱਪ ਤੇ ਦੇਖ ਲੈਂਦਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਮੰਗਾਉਣੀਆਂ ਨੇ ਤਾਂ ਇੱਕ ਬੰਦੇ ਨੂੰ ਉਹ ਸਾਰੀਆਂ ਚੀਜ਼ਾਂ ਲਿਆਉਣ ਲਈ ਭੇਜ ਦਿੰਦਾ ਨਾ ਕਿ 6 ਬੰਦੇ ਉਸ ਕੰਮ ਤੇ ਲੱਗਦੇ ਤੇ ਉਸ ਤੋਂ ਬਾਅਦ ਇਹ ਕੈਲਕੂਲੇਸ਼ਨ ਹੈ ਜਿਹੜੀ ਉਹ ਸਾਰੇ ਦਿਮਾਗ ਦੇ ਵਿੱਚ ਗਰੀ ਜਾਂਦੇ ਆ ਉਹ ਤਾਂ ਗਲਤ ਹੋ ਹੀ ਜਾਂਦੀ ਹੈ ਜੇ ਉਹ ਵੀ ਸਲਿੱਪ ਤੇ ਕਰ ਲੈਂਦਾ ਤਾਂ ਸ਼ਾਇਦ ਉਹ ਕਿਤੇ ਨਾ ਕਿਤੇ ਕਾਫੀ ਹੱਦ ਤੱਕ ਸਹੀ ਹੋ ਸਕਦੀ ਸੀ ਤਾਂ ਇਸ ਤੋਂ ਇਹ ਵੀ ਸਿੱਖਣ ਨੂੰ ਮਿਲਦਾ ਹੈ ਕਿ ਆਪਣੀ ਜਿਹੜੀਆਂ ਘਰੇਲੂ ਪ੍ਰੋਬਲਮਾਂ ਹੁੰਦੀਆਂ ਜਾਂ ਜ਼ਿੰਦਗੀ ਵਿੱਚ ਹੋਰ ਵੀ ਪ੍ਰੋਬਲਮ ਹੁੰਦੀ ਹੈ ਉਹ ਕਈ ਵਾਰ ਉਹਨਾਂ ਦੇ ਹੱਲ ਹੁੰਦੇ ਆ ਜਿਹੜੇ ਬੜੇ ਸੌਖੇ ਹੁੰਦੇ ਨੇ ਪਰ ਆਪਾਂ ਉਹ ਕਰਦੇ ਨਹੀਂ ਠੰਡੇ ਦਿਮਾਗ ਦੇ ਨਾਲ ਨਹੀਂ ਕਰਦੇ ਤੇ ਤੁਹਾਡੇ ਮਨ ਚ ਇਹ ਵੀ ਸਵਾਲ ਆਉਂਦਾ ਹੋਣਾ ਕਿ ਤੁਹਾਨੂੰ ਇਹ ਸਟੋਰੀਜ਼ ਜਾਂ ਪੋਇਮਜ਼ ਕਿਉਂ ਨੇ ਇੰਗਲਿਸ਼ ਦੇ ਵਿੱਚ ਤਾਂ ਇਹਨਾਂ ਸਟੋਰੀਜ਼ ਜਾਂ ਪੋਇਮ ਦਾ ਮਤਲਬ ਹੀ ਇਹ ਹੈ ਕਿ ਤੁਹਾਨੂੰ ਇਸ ਤਰੀਕੇ ਦੀਆਂ ਜ਼ਿੰਦਗੀ ਦੀਆਂ ਜਿਹੜੀਆਂ ਉਦਾਹਰਨਾ ਹੁੰਦੀਆਂ ਨੇ ਜਿਹੜੇ ਜਿਵੇਂ ਤੁਸੀਂ ਇਹ ਅੰਕਲ ਪਾਜੁਰ ਵਰਗੇ ਕਰੈਕਟਰ ਤੁਸੀਂ ਆਮ ਜ਼ਿੰਦਗੀ 'ਚ ਵੇਖੇ ਹੋਣਗੇ ਜਿਹੜੇ ਕਹਿੰਦੇ ਆ ਬੜੀ-ਬੜੀ ਸ਼ੇਖੀ ਮਰਦੇ ਮੈਂ ਇਹ ਕੰਮ ਵੀ ਕਰ ਦੂੰ ਮੈਂ ਉਹ ਕੰਮ ਵੀ ਕਰ ਦੂੰ ਆਮ ਤੌਰ ਤੇ ਤੁਸੀਂ ਵਿਆਹਾਂ ਵਗੈਰਾ 'ਚ ਇਹ ਦੇਖੇ ਹੋਣਗੇ ਵੀ ਮੈਂ ਇਹ ਕੰਮ ਕਰ ਦੂੰ ਉਹ ਕਰ ਦੂੰ ਪਰ ਜਦੋਂ ਦੇਖਿਆ ਜਾਂਦਾ ਅਸਲ ਦੇ ਵਿੱਚ ਪਰਤਿਆ ਜਾਂਦਾ ਤਾਂ ਉਹਨਾਂ ਨੂੰ ਕੁਝ ਵੀ ਨਹੀਂ ਆਉਂਦਾ ਹੁੰਦਾ ਉਹ ਸਿਰਫ ਚੌਧਰ ਘੋਟਣ ਜੋਗੀ ਹੁੰਦੇ ਨੇ ਤਾਂ ਇਹ ਸਾਰੀਆਂ ਜਿਹੜੀਆਂ ਉਦਾਹਰਨਾਂ ਨੇ ਇਹ ਲਿਟਰੇਚਰ ਤੁਹਾਨੂੰ ਤੁਹਾਡੇ ਸਾਹਮਣੇ ਰੱਖਦਾ ਹੈ ਜੇ ਤੁਸੀਂ ਇਹ ਉਦਾਹਰਨਾਂ ਨੂੰ ਸਮਝ ਜਾਂਦੇ ਹੋ ਤਾਂ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਕਿ ਤੁਸੀਂ ਖੁਦ ਇਹੋ ਜਿਹਾ ਨਾਮ ਬਣੋ ਤੁਸੀਂ ਖੁਦ ਅਨਕਲਪਾਜਰ ਨਹੀਂ ਬਣਾਣਾ ਹੈ ਇਸ ਕਰਕੇ ਹੀ ਤੁਹਾਨੂੰ ਇਹ ਸਟੋਰੀਜ਼ ਜਾਂ ਪੋਇਮਸ ਸਿਲੇਬਸ ਦੇ ਵਿੱਚ ਪਾਈਆਂ ਜਾਂਦੀਆਂ ਹਨ ਤੁਹਾਨੂੰ ਸਿਖਾਉਣ ਵਾਸਤੇ ਅੱਗੇ ਚੱਲਦੇ ਹਾਂ ਜੀ ਹੀ ਊਡ ਯੂਜ਼ ਅ ਬਿਟ ਆਫ ਸਟ੍ਰਿੰਗ ਥਿਸ ਟਾਈਮ ਸਮੇ ਉਹ ਥੋੜਾ ਜਿਆ ਰਸੀ ਦਾ ਟੁਕੜਾ ਵਰਤੇਗਾ ਐਂਡ ਐਟ ਦਾ ਕ੍ਰਿਟੀਕਲ ਮੋਮੈਂਟ ਕ੍ਰਿਟੀਕਲ ਦਾ ਮਤਲਬ ਨਾਜ਼ੁਕ ਵੀ ਹੁੰਦਾ ਹੈ ਕ੍ਰਿਟੀਕਲ ਦਾ ਮਤਲਬ ਲੌਜੀਕਲ ਵੀ ਹੁੰਦਾ ਹੈ ਇੱਥੇ ਇਹਦਾ ਮਤਲਬ ਨਾਜ਼ੁਕ ਲੱਗਦਾ ਤੇ ਮੋਮੈਂਟ ਹੁੰਦਾ ਜੀ ਸਮਾਂ ਤਾਂ ਨਾਜ਼ੁਕ ਸਮੇਂ ਤੇ ਕੀ ਹੁੰਦਾ ਵੈਨ ਦਾ 올ਡ ਫੂਲ ਵਾਸ ਲੀਨਿੰਗ ਓਵਰ द ਚੇਅਰ ਐਟ ਐਨ ਐਂਗਲ ਆਫ 45 ਹੁਣ ਦੇਖੋ ਜੀ ਉਹਨੇ ਰਾਈਟਰ ਨੇ ਜਾਨੀ ਕਿ ਜੀਰੋਮ ਕੇ ਜੀਰੋਮ ਨੇ ਅੰਕਲ ਪੌਜਰ ਨੂੰ 올ਡ ਫੂਲ ਕਹਿ ਦਿੰਦਾ ਹੈ ਲੀਨਿੰਗ ਓਵਰ ਦਾ ਮਤਲਬ ਕਿਸੇ ਚੀਜ਼ ਵੱਲ ਲੀਨ ਦਾ ਮਤਲਬ ਹੁੰਦਾ ਇੱਕ ਤਾਂ ਪਤਲਾ ਹੁੰਦਾ ਲੀਨ ਦਾ ਮਤਲਬ ਦੂਸਰਾ ਮਤਲਬ ਹੁੰਦਾ ਹੈ ਜੇ ਵਰਬ ਹੋਵੇ ਲੀਨ ਦਾ ਮਤਲਬ ਕਿਸੇ ਚੀਜ਼ ਦੇ ਵੱਲ ਚੁੱਕਣਾ ਕਹਿ ਸਕਦੇ ਹੋ ਨੇੜੇ ਹੋਣਾ ਕਹਿ ਸਕਦੇ ਹੋ ਤਾਂ ਕਹਿੰਦਾ ਉਸ ਨਾਜ਼ੁਕ ਸਮੇਂ ਤੇ ਜਦੋਂ ਜਿਹੜਾ ਅੰਕਲ ਹੈ ਉਹ ਕੁਰਸੀ ਦੇ ਉੱਤੇ 45 ਡਿਗਰੀ ਦੇ ਕੋਣ ਦੇ ਉੱਤੇ ਕੰਧ ਵੱਲ ਨੂੰ ਖੜਾ ਸੀ ਤੁਸੀਂ ਅੰਦਾਜ਼ਾ ਲਾਓ ਵੀ 45 ਡਿਗਰੀ ਦਾ ਕੋਣ ਕਿੰਨਾਕ ਟੇਡਾ ਹੋ ਗਿਆ ਹੋਣਾ ਉਹ ਕਿਉਂਕਿ ਨਾਰਮਲ ਜਿਹੜਾ ਬੰਦਾ ਖੜਦਾ ਉਹ 90 ਡਿਗਰੀ ਤੇ ਖੜਦਾ ਹੈ ਤੇ ਪੈਨਦਾ ਉਹ 0 ਡਿਗਰੀ ਤੇ ਹੋ ਗਿਆ ਜਾਂ 360 ਜੋ ਵੀ ਕਹਿਣਾ ਚਾਹੁੰਦੇ ਸੀ 0 ਡਿਗਰੀ ਤੇ ਪੈਨਦਾ ਤੇ 90 ਡਿਗਰੀ ਤੇ ਖੜਾ ਹੁੰਦਾ ਹੈ ਤੇ 90 ਤੇ 0 ਦੇ ਐਗਜ਼ੈਕਟ ਵਿਚਾਲੇ ਉਹਨਾ ਟੇਡਾ ਹੋਇਆ ਜਾਨੀ ਕਿ ਉਹ ਜਿੰਨਾ ਵੱਧ ਤੋਂ ਵੱਧ ਟੇਡਾ ਹੋ ਸਕਦਾ ਸੀ ਉਹਨਾ ਟੇਡਾ ਹੋਇਆ ਹੋਇਆ ਤੇ ਨਾਲੇ ਸੋਚਣ ਵਾਲੀ ਇਹ ਗੱਲ ਵੀ ਹੈ ਵੀ ਉਹ ਬਹੁਤ ਹੀ ਬੁढ़ा ਹੈ ਤਾਂ ਤੁਸੀਂ ਅੰਦਾਜ਼ਾ ਜਿਹਾ ਲਾਓ ਹੁਣ ਵੀ ਉਸ ਬੁਢਾਏ ਨੂੰ ਕੀ ਹੋਇਆ ਹੋਣਾ ਜਦੋਂ ਉਹ ਇੰਨਾ ਟੇਡਾ ਹੋਇਆ ਹੋਣਾ ਤਾਂ ਉਹ ਅੱਗੇ ਦੱਸਿਆ ਵੀ ਹੋਇਆ ਇਹਨਾਂ ਨੇ ਉਹ 45 ਡਿਗਰੀ ਦੇ ਐਂਗਲ ਤੇ ਖੜਾ ਸੀ ਗੰਧਵਾਲ ਨੂੰ ਐਂਡ ਟਰਾਈਿੰਗ ਟੂ ਰੀਚ ਆ ਪੁਆਇੰਟ 3 ਇੰਚਸ ਬਿਯੋਂਡ 댓 ਵਟ ਵਾਸ ਪੋਸੀਬਲ ਫਾਰ ਹਿਮ ਟੂ ਰੀਚ ਅ ਬਿਯੋਂਡ ਹੁੰਦਾ ਜੀ ਪਰਾਂ ਪੋਸੀਬਲ ਤੁਹਾਨੂੰ ਪਤਾ ਹੈ ਵੀ ਮੌਮਕਿਨ ਤਾਂ ਉਹ ਟਰਾਈ ਕਰ ਰਿਹਾ ਸੀ ਰੀਚ ਮੈਨੇ ਪਹੁੰਚਣਾ ਹੁੰਦਾ ਟਰਾਈ ਕਰ ਰਿਹਾ ਸੀ ਉੱਥੇ ਪਹੁੰਚਣ ਦੀ ਆਪਣੀ ਜਿਹੜੀ ਉਹਦੀ ਪੋਸਿਬਿਲਿਟੀ ਹੈ ਆਪਣੀ ਜਿਹੜੀ ਉਹਦੀ ਕਪੈਸਿਟੀ ਹੈ ਉਸ ਤੋਂ 3 ਇੰਚ ਪਰਾਂ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਜਿੰਨਾ ਉਹ ਪਹੁੰਚ ਸਕਦਾ ਹੈ ਉਦੋਂ 3 ਇੰਚ ਹੋਰ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ ਜਾਨਕਿ ਆਪਣੀ ਚਾਦਰ ਤੋਂ ਵੱਧ ਪੈਰ ਫਸਾਰ ਰਿਹਾ ਸੀ ਦਾ ਸਟ੍ਰਿੰਗ ਵੁੱਡ ਸਲਿੱਪ ਤੇ ਰੱਸੀ ਸਲਿੱਪ ਕਰ ਜੂਗੀ ਤਿਲਕ ਜਾਊਗੀ and down he would slide or, on to the piano slide ਦਾ ਮਤਲਬ ਹੁੰਦਾ ਜੀ ਇਹਦਾ ਮਤਲਬ ਹੁੰਦਾ ਰੁੜਨਾ ਜਿਵੇਂ ਬਰਫ਼ ਦੇ ਵਿੱਚ ਸਲਾਈਡ ਕਰਦੇ ਆ ਉਸ ਤਰੀਕੇ ਨਾਲ ਤਾਂ ਉਹ ਨੀਚੇ ਪਿਆਨੋ ਦੇ ਉੱਤੇ ਰੁੜ ਜਾਊਗਾ a really fine musical effect being produced By the suddenness with which his head and body stuck, struck all the notes at the same time, produced suddenness struck. ਪ੍ਰੋਡਿਊਸ ਮਤਲਬ ਪੈਦਾ ਕਰਨਾ ਬਣਾਉਣਾ ਸਡਨੈਸ ਮਤਲਬ ਅਚਾਨਕ ਸਟ੍ਰੱਕ ਹੁੰਦੀ ਹੈ ਥਰਡ ਫਾਰਮ ਸਟ੍ਰਾਈਕ ਦੀ ਸਟ੍ਰਾਈਕ ਮਤਲਬ ਕਿਸੇ ਚੀਜ਼ ਦੇ ਵਿੱਚ ਕੁਝ ਮਾਰਨਾ ਚੂਟ ਹੋ ਸਕਦੀ ਹੈ ੱਤਕਾ ਹੋ ਸਕਦਾ ਹੈ ਇਸ ਤਰੀਕੇ ਦਾ ਕੁਝ ਵੀ ਹੈ ਨਾ ਤੇ ਨੋਟਸ ਨੋਟਸ ਦਾ ਵੈਸੇ ਮਤਲਬ ਤਾਂ ਹੁੰਦਾ ਕੋਈ ਵੀ ਚੀਜ਼ ਨੋਟ ਕਰਨ ਵਾਲੀ ਪਰ ਇੱਥੇ ਕਿਉਂਕਿ ਮਿਊਜ਼ਿਕ ਦੀ ਗੱਲ ਹੁੰਦੀ ਹੈ ਤਾਂ ਮਿਊਜ਼ਿਕ ਦੇ ਵਿੱਚ ਨੋਟਸ ਹੁੰਦੇ ਜਿਹੜੇ ਉਹ ਇੱਕ ਜੇ ਪਿਆਨੋ ਹੈ ਤਾਂ ਪਿਆਨੋ ਦੀ ਤਾਂ ਇੱਕ ਸੋਚ ਨੋਟ ਹੋਗੀ ਠੀਕ ਹੈ ਜੀ ਤਾਂ ਇੱਥੇ ਇਹਦਾ ਮਤਲਬ ਪਿਆਨੋ ਦੀ ਇੱਕ ਸੋਚ ਨੂੰ ਇੱਕ ਨੋਟ ਕਿਹਾ ਜਾ ਰਿਹਾ ਹੈ ਠੀਕ ਹੈ ਜੀ ਤਾਂ ਇਹਦੀ ਪੰਜਾਬੀ ਕੀ ਬਣਦੀ ਹੈ ਤਾਂ ਉਹ ਜਿਵੇਂ ਆਪਾਂ ਪਹਿਲਾਂ ਦੱਸਿਆ ਵੀ ਉਹ ਪੀਆਨੋ ਦੇ ਤੇ ਸਲਾਈਡ ਕਰ ਲੇਗਾ ਤੇ ਇੱਕ ਰੀਲੀ ਫਾਈਨ ਤੇ ਬਹੁਤ ਹੀ ਵਧੀਆ ਮਿਊਜ਼ੀਕਲ ਇਫੈਕਟ ਪ੍ਰੋਡਿਊਸ ਹੋਊਗਾ ਬਣੂਗਾ ਕਾਦਨ ਬਣੂਗਾ ਵੀ ਕਿਉਂਕਿ ਉਹ ਉਸ ਦਾ ਸਿਰ ਤੇ ਉਸ ਦੀ ਬਾਡੀ ਹੈ ਜਿਹੜੀ ਉਹ ਅਚਾਨਕ ਇੱਕੇ ਸਮੇਂ ਤੇ ਸਾਰੇ ਸਾਰੀਆਂ ਪਿਆਨੋਆਂ ਦੀਆਂ ਸੋਚਾਂ ਤੇ ਵੱਜੀ ਤਾਂ ਤੁਸੀਂ ਸੋਚ ਕੇ ਵੇਖੋ ਇੱਕ ਪਿਆਨੋ ਬਹੁਤ ਵੱਡੀ ਪਿਆਨੋ ਹੁੰਦੀ ਹੈ ਤੁਸੀਂ ਖਾਸ ਖਾਸ ਕਰਕੇ ਪੁਰਾਣੀਆਂ ਵੱਲਮਾਂ 'ਚ ਵੇਖੀ ਹੋਣੀ ਹੈ ਤਾਂ ਉਹਦੇ ਵਿੱਚ ਜੇ ਬੰਦਾ ਡਿੱਗ ਪੇ ਤਾਂ ਉਹ ਵੀ ਜਿੱਕੇ ਹੋ ਜਾ ਬਣੂਗਾ ਤੁਸੀਂ ਉਹ ਅੰਦਾਜ਼ਾ ਲਾ ਕੇ ਦੇਖ ਲਓ